ਈਦ ਉਲ ਫਿਤਰ ਉੱਤੇ ਮੁਸਲਮਾਨ ਭਾਈਚਾਰੇ ਵੱਲੋਂ ਸਾਰੀ ਦੁਨੀਆ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ। ਅੰਮ੍ਰਿਤਸਰ ਦੀ ਮਸਜਿਦ ਖੈਰਦੀਨ ਜਾਮਾ ਮਸਜਿਦ ਵਿੱਚ ਵੀ ਅੱਜ ਸਵੇਰੇ 9:30 ਨਮਾਜ਼ ਅਦਾ ਕੀਤੀ ਗਈ ਅਤੇ ਉਸ ਦੇ ਬਾਅਦ ਸਾਰਿਆਂ ਨੇ ਇੱਕ ਦੂਜੇ ਨੂੰ ਈਦ ਮੁਬਾਰਕ ਦੇ ਕੇ 29 ਦਿਨਾਂ ਦੇ ਰੋਜ਼ੇ ਖਤਮ ਕੀਤੇ। ਇਸ ਮੌਕੇ ਉੱਤੇ ਮਸਜਿਦ ਦੇ ਇਮਾਮ ਨੇ ਸਾਰੀ ਦੁਨੀਆ ਵਿੱਚ ਸ਼ਾਂਤੀ ਦਾ ਮਾਹੌਲ ਕਾਇਮ ਹੋਣ ਦੀ ਦੁਆ ਕੀਤੀ। ਉੱਥੇ ਇਸ ਮੌਕੇ ਉੱਤੇ ਮਸਜਿਦ ਦੇ ਇਮਾਮ ਨੇ ਕਿਹਾ ਕਿ ਅੱਜ ਉਹ ਮੁਸਲਮਾਨ ਭਾਈਚਾਰੇ ਨੂੰ ਮੁਬਾਰਕ ਦੇਣ ਲਈ ਮੁੱਖ ਤੌਰ 'ਤੇ ਪੁੱਜੇ ਨੇ। ਉਹਨਾਂ ਨੇ ਮੌਲਾਨਾ ਮੁਹੰਮਦ ਇਰਸ਼ਾਦ ਨੂੰ ਵੀ ਈਦ ਦੀ ਮੁਬਾਰਕ ਦਿੱਤੀ। ਅੱਜ ਮੈਂ ਸ਼ਹਿਰ ਇਮਾਮ ਮੌਲਾਨਾ ਮੁਜ਼ੱਮਿਲ ਹੁਸੈਨ ਕਾਦਰੀ ਅੰਮ੍ਰਿਤਸਰ ਈਦਗਾਹ ਇੰਤਜ਼ਾਮੀਆ ਕੇ ਹਵਾਲੇ ਸੇ ਜੋ ਈਦਗਾਹ ਸੁਲਤਾਨ ਵਿਨ ਰੋਡ ਮੈਂ ਈਦ ਮਨਾਈ ਗਈ ਔਰ ਬੜੇ ਧੂਮਧਾਮ ਸੇ ਮਨਾਈ ਗਈ ਉਸਮੇ ਖਾਸ ਚੀਫ ਐਂਡ ਗੈਸਟ ਜੋ ਹਮਾਰੇ ਸਲੀਲ ਸ਼ਰਮਾ ਜੀ ਔਰ ਜੋ ਹਮਾਰੇ ਯੂਸਫ ਮਲਿਕ ਜੀ ਇਹ ਸਭ ਵੀ ਆਏ ਹੈ ਔਰ ਵੀ ਐੱਮ ਪੀ ਸਾਹਿਬ ਕਾ ਵੀ ਆਉਣਾ ਥਾ ਪਰ ਵੋ ਦਿੱਲੀ ਮੈਂ ਕੋਈ ਕਾਮ ਸੇ ਜੋ ਰੁਕ ਚੁੱਕੇ ਔਰ ਇਹ ਈਦ ਸਾਰੇ ਸਾਰੇ ਸ਼ਹਿਰ ਵਾਸੀਓ ਕੋ ਮੈਂ ਆਪਣੇ ਕਮੇਟੀ ਕੇ ਔਰ ਸੇ ਔਰ ਸਾਰੇ ਮੁਸਲਿਮ ਭਾਈਚਾਰਾ ਕੇ ਪੂਰੇ ਸ਼ਹਿਰ ਵਾਸੀਓ ਕੀ ਔਰ ਸੇ ਮੈਂ ਈਦ ਕੀ ਬਹੁਤ ਬਹੁਤ ਵਧਾਈ ਪੇਸ਼ ਕਰਤਾ ਹੂੰ ਔਰ ਇਹ ਈਦ ਕਾ ਤਿਉਹਾਰ ਇਸਮੇ ਸਾਰੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਾਈ ਮਿਲ ਕੇ ਰਲ ਮਿਲ ਕੇ ਈਦ ਕੀ ਮੁਬਾਰਕਬਾਦ ਦੇਤੇ ਹੈ ਔਰ ਸਭਸੇ ਬੜੀ ਤਿਉਹਾਰ ਇਹ ਹੈ ਇਹ ਭਾਈਚਾਰੋ ਕੀ ਤਿਉਹਾਰ ਹੈ ਔਰ ਇਸ ਤਿਉਹਾਰ ਮੈਂ ਮੁਹੱਬਤ ਬਾਟੀ ਜਾਤੀ ਹੈ ਔਰ ਇਸ ਤਿਉਹਾਰ ਮੈਂ ਔਰ ਖਾਸ ਕਰ ਜੋ ਹੋਤਾ ਹੈ ਕਿ ਸਿਵਾਈਆਂ ਕਾ ਇਸਮੇ ਹੋਤਾ ਹੈ ਜੋ ਇਸਮੇ ਆਏ ਗਏ ਗੈਸਟ ਕੋ ਸਿਵਾਈਓ ਸੇ ਨਵਾਜ਼ਤਾ ਹੈ ਸਿਵਾਈਆਂ ਖਿਲਾਤੇ ਹੈ ਔਰ ਤਾਂ ਕਿ ਪਤਾ ਚਲਤਾ ਹੈ ਕਿ ਇਹ ਮੀਠੀ ਈਦ ਹੈ ਤੋ ਇਸ ਖੁਸ਼ੀ ਕੇ ਅੰਦਰ ਔਰ ਜੋ ਮਾਹ ਰਮਜ਼ਾਨ ਕੇ ਰੋਜ਼ੇ ਜੋ ਮੁਸਲਿਮ ਭਾਈਚਾਰੇ ਨੇ ਰੱਖਾ ਥਾ ਔਰ ਇੱਕ ਮਹੀਨੇ ਕੇ ਰੋਜ਼ੋ ਕੀ ਵਜਹ ਸੇ ਅੱਲ ਰੱਬ ਤਬਾਰਕ ਵ ਤਾਲਾ ਨੇ ਜੋ ਇੱਕ ਦਿਨ ਖੁਸ਼ੀਓ ਕੇ ਦੇਤਾ ਹੈ ਵੋ ਤਮਾਮ ਭਾਈਚਾਰੋ ਕੋ ਤਾਂ ਕਿ ਮਿਲੇ ਔਰ ਸਭ ਕੋ ਸਲਾਮ ਔਰ ਸਭ ਕੋ ਖੈਰ ਮੁਕਦਮ ਪੇਸ਼ ਕਰੇ।